ਆ ਨਹੀਂ ਸਕਦੀ ਟੀਮ, ਉਹਨਾਂ ਚਿਰ ਆਪਾਂ ਆਪਦੇ ਲੈਵਲ 'ਤੇ ਤਿੰਨ ਵਾਰੀ 1-2-3 ਇਸ ਤਰ੍ਹਾਂ ਕਰਕੇ ਇਸ ਨੂੰ ਐਂ ਲਓ ਵੀਰ ਜੀ ਆਪਾਂ ਖਨੌਰੀ ਬਾਰਡਰ 'ਤੇ ਚਲੋ ਕਿਸਾਨੀ ਸੰਘਰਸ਼ ਲੜ ਰਹੇ ਹਾਂ ਸਾਰੀ ਇੱਥੇ, ਮਤਲਬ ਕਿ ਜੋ ਆਪਾਂ ਨੂੰ ਦਿੱਕਤ ਆ ਰਹੀ ਆਪਣੇ ਵੀਰਾਂ ਦੀਆਂ ਜਾਨਾਂ ਜਾ ਰਹੀਆਂ ਨੇ, ਮਤਲਬ ਕਿ 2-3 ਵੀਰ ਆਪਣੇ ਜਾਨ ਗਵਾ ਚੁੱਕੇ ਆ, ਜੋ ਕਾਰਨ ਕਿ ਉਹ ਆਪਾਂ ਨੂੰ ਫੇਫੜਿਆਂ ਦੇ ਉਹ ਸਾਹ ਹੋਣ ਕਰਕੇ ਉੱਥੇ ਪ੍ਰਦੂਸ਼ਣ ਹੋਣ ਕਰਕੇ ਫੇਫੜੇ ਜਾਂ ਵਾ ਉਹਦਾ ਕਰਕੇ ਹਾਰਟ ਅਟੈਕ ਦੀ ਦਿੱਕਤ ਆਪਾਂ ਨੂੰ ਵੱਧ ਆ ਰਹੀ ਆ। ਉਹਦਾ ਆਪਾਂ ਕੀ ਕਰਨਾ, ਸਭ ਤੋਂ ਪਹਿਲਾਂ ਆਪਣੀ ਟੀਮ ਨੂੰ ਤੁਸੀਂ ਫੋਨ ਕਰੋ ਜਾਂ ਆ ਕੇ ਲੈ ਕੇ ਜਾਓ। 24 ਘੰਟੇ ਆਪਣੀ ਇੱਥੇ ਟੀਮ ਬਾਬਾ ਕੇਸਰ ਸਿੰਘ ਵੈਲਫੇਅਰ ਸੁਸਾਇਟੀ ਉਹ ਇੱਥੇ 24 ਘੰਟੇ ਟੀਮ ਹਾਜ਼ਰ ਆ। ਜਿੰਨਾ ਚਿਰ ਆਪਾਂ ਹਾਜ਼ਰ ਆ ਨਹੀਂ ਸਕਦੀ ਟੀਮ, ਉਹਨਾਂ ਚਿਰ ਆਪਾਂ ਆਪਦੇ ਲੈਵਲ 'ਤੇ 3-2-3 ਇਸ ਤਰ੍ਹਾਂ ਕਰਕੇ ਇਸ ਨੂੰ ਐਂ ਇਸ ਤਰ੍ਹਾਂ ਭਾਫ਼ ਸਾਹ ਆਪਦੇ ਲੈਵਲ 'ਤੇ ਦੇਣਾ ਅਤੇ ਫਿਰ ਇਸ ਤਰ੍ਹਾਂ 1-2-3 ਇਸ ਤਰ੍ਹਾਂ ਕਰਕੇ ਆਪਾਂ ਰਿਪੀਟ ਕਰਨਾ। ਇੰਨੇ ਜਦੋਂ ਟੀਮ ਆ ਗਈ ਆਪਾਂ ਆਕਸੀਜਨ ਲਾ ਕੇ ਇਹਦਾ ਟ੍ਰੀਟਮੈਂਟ ਕਰਕੇ ਆਪਾਂ ਰੈਫਰ ਕਰ ਸਕਦੇ, ਆਪਾਂ ਆਪਣੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ। ਇਹਦਾ ਸਾਹ ਦੀ ਦਿੱਕਤ ਆਪਾਂ ਨੂੰ ਥੋੜ੍ਹੀ ਜਿਹੀ ਵੱਧ ਆ ਰਹੀ ਹੈ ਇੱਥੇ, ਇੱਕ ਬਲੱਡ ਪ੍ਰੈਸ਼ਰ ਹਰੇਕ ਬੰਦੇ ਦਾ ਇੱਥੇ ਵੱਧ ਆ ਰਿਹਾ। ਉਹ ਮੈਂਟੀ ਪਤਾ ਨਹੀਂ ਕੀ ਕਾਰਨ ਆ ਕੀ ਨਾ, ਕਿਸੇ ਬੰਦੇ ਦਾ ਥੱਲੇ ਨਹੀਂ ਆ ਰਿਹਾ, 150 ਤੋਂ ਉੱਪਰ ਹੀ ਆ ਰਿਹਾ ਸਭ ਦਾ। ਇਸ ਤਰ੍ਹਾਂ ਆਪਾਂ ਆਪਣੀ ਜ਼ਿੰਦਗੀਆਂ ਨੂੰ ਆਪਣੇ ਵੀਰਾਂ ਦੀ ਹੈਲਪ ਕਰ ਸਕਦੇ ਹਾਂ ਅਤੇ ਆਪਣੀ ਟੀਮ 24 ਘੰਟੇ ਇੱਥੇ ਹਾਜ਼ਰ ਆ। ਤੁਸੀਂ ਹੁਣ ਸਾਹ ਦੇਣਾ, ਹਾਂਜੀ ਨੱਕ ਰਾਹੀਂ ਇਹਦੇ ਦੇਣਾ, ਨਹੀਂ ਮੂੰਹ ਰਾਹੀਂ ਜੀ, ਇਹ ਆਪਾਂ ਮੂੰਹ ਰਾਹੀਂ ਆ ਕੇ ਫੇਫੜੇ ਆਪਣੇ ਇਹ ਹੋ ਜਾਂਦੇ ਨੇ, ਨਹੀਂ ਮੂੰਹ ਖੋਲਣਾ ਜੀ, ਮੂੰਹ ਖੋਲ ਕੇ ਆਪਾਂ ਆਪਦੇ ਫੇਫੜਿਆਂ ਰਾਹੀਂ ਇਹਦੇ ਫੇਫੜੇ ਚਾਲੂ ਕਰਨੇ ਹੁੰਦੇ ਜੀ। ਉਹਦਾ ਕਾਰਨ ਕਿ ਜਦੋਂ ਆਪਾਂ ਆਪਦੇ ਐਂ ਖਿੱਚਾਂਗੇ ਇਹਨੂੰ ਦੇਵਾਂਗੇ ਭਾਫ਼ ਉਹ ਚੱਲਣੇ ਸ਼ੁਰੂ ਹੋ ਜਾਂਦੇ ਆ, ਇੰਨੇ ਵੀ ਟਾਈਮ ਮਿਲ ਜਾਂਦਾ ਮਰੀਜ਼ ਨੂੰ ਜੀ। ਉਹ ਆਪਾਂ ਆ ਹਿਲਾਉਣਾ ਵੀ ਇਸ ਕਰਕੇ ਜਿਵੇਂ ਐਂ ਨਹੀਂ ਇੱਕਦਮ ਆਏ, ਇੱਕ ਪੂਰੇ ਜ਼ੋਰ ਨਾਲ ਨੱਪਣਾ ਇਹਨੂੰ ਵੀ ਇੱਥੋਂ ਸਾਥੀ ਤੋਂ ਉਹ ਹੋਵੇ ਚਾਲੂ ਰਹੇ, ਇੰਨੇ ਵੀ ਡਾਕਟਰੀ ਟੀਮ ਆ ਜਾਂਦੀ ਆ, ਆਕਸੀਜਨ ਲਾ ਕੇ ਆਪਾਂ ਮਰੀਜ਼ ਨੂੰ ਬਚਾ ਸਕਦੇ ਹਾਂ।